ਸਸਿਕਾ ਮੇ ਸਾਡੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਬਿਲਕੁਲ ਠੀਕ ਹੋਵੋਗੇ ਤੇ ਤੁਹਾਡੇ ਵਾਸਤੇ ਭਾਈ ਕੰਪਨੀਟ ਮੈਂ ਲੈ ਕੇ ਆਇਆਗਾ ਕਿ ਮਲੇਰ ਕੋਟਲਾ ਵਿਖੇ ਠੀਕ ਹੈ ਮਲੇਰ ਕੋਟਲਾ ਵਿਖੇ ਇੱਕ ਭਰਤੀ ਨਿਕਲੀ ਹੈ ਉਹਰੇ ਬਾਰੇ ਤੁਹਾਨੂੰ ਦੱਸਣ ਲੱਗੇਗਾ ਜਿਹੜੇ ਬੱਚੇ ਇੱਥੇ ਚ ਜੋਬ ਕਰਨ ਦੇ ਸ਼ਕੀਲ ਨੇ ਸਿਰਫ ਉਹ ਵੀਡੀਓ ਦੇਖਣ ਬਾਕੀ ਛੱਡ ਕੇ ਜਾ ਸਕਦੇ ਪੁੱਤੋ ਤਾਂ ਕਰ ਮੈਂ ਤੁਹਾਨੂੰ ਪਹਿਲੀ ਦੱਸਦਾ ਵੀਡੀਓ ਲਾਈਕ ਸ਼ੇਅਰ ਤੇ ਆਪਣਾ ਜੀ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਪੰਜਾਬ ਦੇ ਵਿੱਚ ਇੱਕ ਇਹ ਭਰਤੀ ਨਿਕਲੀ ਹੈ ਭਾਈ ਮਲੇਰ ਕੋਟਲਾ ਵਿਖੇ ਯੋਗਤਾ ਵਾਲੇ ਕੈਂਡੀਡੇਟ ਫਾਰਮ ਭਰ ਦੇਣ ਠੀਕ ਹੈ ਜੀ ਤੁਹਾਨੂੰ ਦਿਖਾਉਣਾ ਹੈ ਜੀ ਕਿਹੜੀ ਦੇਖੋ ਬੱਚਿਓ ਆਹ ਭਰਤੀ ਹੈ ਜਿਹੜੇ ਬੰਦੇ ਕੋਲੇ ਇਹਦਾ ਯੋਗਤਾ ਹੈਗੀ ਸਿਰਫ ਉਹੀ ਬੱਚਾ ਅਪਲਾਈ ਕਰੇ ਦੂਸਰਾ ਬੱਚਾ ਇਸ ਅਪਲਾਈ ਨਹੀਂ ਕਰ ਸਕਦਾ ਠੀਕ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਚਾਹੇ ਇੱਕ ਪੋਸਟ ਆਵੇ ਸਾਡਾ ਦੱਸਣਾ ਦਾ ਫਰਜ ਹੈਗਾ ਕਿਉਂਕਿ ਬਹੁਤ سارے ਕੈਂਡੀਡੇਟ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਕੋਲੇ ਯੋਗਤਾ ਖ ਦੀ ਤੇ ਕਈ ਵਾਰੀ ਅਗਲਾ ਕਿਸੇ ਪ੍ਰਾਈਵੇਟ ਕੰਮ ਤੇ ਲੱਗਿਆ ਹੁੰਦਾ ਜਾਂ ਕਿਸੇ ਹੋਰ ਕੰਮ ਦੇ ਬੀਜੀ ਵਿੱਚ ਬੀਜੀ ਹੁੰਦਾ ਉਹਨਾਂ ਦੀ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਤਾਂ ਕਰਕੇ ਇੱਕ ਵਾਰੀ ਕੈਂਡੀਡੇਟ ਵੀਡੀਓ ਦੇਖ ਲਵੇ ਠੀਕ ਹੈ ਜੀ ਦੇਖੋ ਇਹ ਕਿ ਜਿਖਲੇ ਹੈ ਮਹਾਤਮਾ ਗਾਂਧੀ ਕੌਮੀ ਵਿਹਤੀ ਰੋਜ਼ਗਾਰ ਗਾਰੰਟੀ ਯੋਜਨਾ ਨੂੰ ਹੁਸ ਚੁੱਚੇ ਟੰਗ ਨਾਲ ਚਲਾਉਣ ਲਈ ਠੇਕਾ ਆਧਾਰ ਤੇ ਜ਼ਿਲ੍ਹਾ ਮਲੇਰਕੋਟਲਾ ਵਿਖੇ ਸਟਾਫ ਦੀ ਜ਼ਰੂਰਤ ਹੈ। ਦੇਖੋ ਇਹ ਪੋਸਟਰ ਦਿਖਾ ਦਿੰਦਾ ਸੋ ਕਿਹੜੀਆਂ ਸਭ ਤੋਂ ਪਹਿਲਾਂ ਦਾ ਪੋਸਟ ਹੈ ਕਿ ਟੈਕਨੀਕਲ ਕੋਰੀਡੋਰ ਡਿਸਟ੍ਰਿਕਟ ਲੈਵਲ ਤੇ 22000 ਰੁਪਏ ਪੇ ਮਿਲੂਗੀ। ਰਿਟਾਇਰਡ ਇੰਜੀਨੀਅਰ ਵੀ ਚੱਲ ਸਕਦਾ ਹੈ। ਤੇ ਡਿਗਰੀ ਇਨ ਸਿਵਲ ਇੰਜੀਨੀਅਰ ਦੇ ਵਿੱਚ ਹੋਵੇ ਤੇ ਐਕਸਪੀਰੀਅੰਸ ਲਈ ਐਕਸਪੀਰੀਅੰਸ ਤੋਂ ਬਿਨਾਂ ਵੀ ਚੱਲ ਜੂਗਾ। ਠੀਕ ਹੈ ਡਿਸੇਬਲਡ ਇਫ ਹੈ। ਇਸ ਤੋਂ ਬਾਅਦ ਆਈਟੀ ਆਈ ਠੀਕ ਹੈ ਪੋਸਟ ਹੈ ਜੀ ਇਹਦੇ ਵਿੱਚ ਐਮ ਐਮ ਟੈਕ ਵਾਲੇ ਵੀ ਅਪਲਾਈ ਕਰ ਸਕਦਾ ਹੈ ਬੀ ਟੈਕ ਵਾਲਾ ਵੀ ਜੇ ਕੋਈ ਕੰਪਿਊਟਰ ਦੀ ਹੈ ਤੇ ਐਮ ਸੀ ਐ ਬੀ ਐਸ ਸੀ ਆਈ ਟੀ ਤੇ 1 ਇਅਰ ਐਕਸਪੀਰੀਅੰਸ ਠੀਕ ਹੈ ਜੀ 1 ਸਾਲ ਦਾ ਐਕਸਪੀਰੀਅੰਸ ਹੋਵੇ ਅਕਾਊਂਟੈਂਟ 18700 ਐਮ ਕਮ ਬੀ ਕਮ ਕੰਪਿਊਟਰ ਐਪਲੀਕੇਸ਼ਨ ਵਿਦ ਹ ਵਿਦ 1 ਇਅਰ ਐਕਸਪੀਰੀਅੰਸ ਆਫ ਦਾ ਰਿਲੇਵੈਂਟ ਫੀਲਡ ਹੈਵ ਪ੍ਰੋਫੀਸੀ ਇਨ ਦਾ ਕੰਪਿਊਟਰ ਸਕਿੱਲ ਲਾਈਕ ਟੈਲੀ ਵੀ ਹੋਣੀ ਚਾਹੀਦੀ ਹੈ ਠੀਕ ਹੈ ਟੈਲੀ ਦੇ حساب ਕਿਤਾਬਾਂ ਦੀ ਗੱਲਾਂ ਹੁੰਦੀਆਂ ਜਾਂ ਰਿਟਾਇਰ ਗਵਰਨਮੈਂਟ ਜਾਂ ਟੇਬੀ ਗਵਰਨਮੈਂਟ ਅਕਾਊਂਟੈਂਟ ਅਸਿਸਟੈਂਟ ਮੇਰੇ ਪ੍ਰੋਫੈਸ਼ਨਲ ਟੈਲੀ ਸੌਫਟਵੇਅਰ ਠੀਕ ਹੈ ਇਸ ਤੋਂ ਬਾਅਦ ਪ੍ਰੋਗਰਾਮ ਆਫਿਸ ਬਲੋਗ ਲੈਵਲ ਦੇ 22000 ਰੁਪਏ ਤੱਕ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੇ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਨਾਲ ਕੰਪਿਊਟਰ ਦੀ ਸਕਿੱਲ ਹੋਵੇ ਇਹ ਆਮ ਬੰਦਾ ਵੀ ਅਪਲਾਈ ਕਰ ਸਕਦਾ ਕੋਈ ਵੀ ਜਿਹਦੇ ਕੋਲ ਨਾਰਮਲ ਗ੍ਰੈਜੂਏਸ਼ਨ ਜਾਂ ਹੈਗੀ ਹੈ ਕੰਪਿਊਟਰ ਦੀ ਸਕਿੱਲ ਮਾਰੀ ਮੋਟੇ ਛੇ ਮਹੀਨੇ ਦਾ ਸਰਟੀਫਿਕੇਟ ਤਾਂ ਹਰੇਕ ਕੋਲੇ ਹੋਊਗਾ ਉਹ ਵੀ ਇਹ ਬੰਦਾ ਪੋਸਟ ਅਪਲਾਈ ਕਰ ਸਕਦਾ ਹੈ ਠੀਕ ਹੈ ਇਸ ਤੋਂ ਬਾਅਦ ਕੰਪਿਊਟਰ ਅਸਿਸਟੈਂਟ ਕੰਪਿਊਟਰ ਅਸਿਸਟੈਂਟ ਦੇ ਅਸਿਸਟੈਂਟ ਦੇ ਵਿੱਚ 12182 2 ਬਕੇਸੀ ਦੇ ਵਿੱਚ BCA, B.Tech, MCA ਯਾਨੀ ਇਹ ਵੀ ਅਪਲਾਈ ਕਰ ਸਕਦੇ ਆ ਤੇ ਜਾਂ ਇਕੁਇਵਲੈਂਟ ਵਿਦ ਗੁੱਡ ਪਰਫਾਰਮੈਂਸੀ ਇਨ ਐਮਐਸਵਾਰਡ ਠੀਕ ਹੈ ਤੇ ਐਮਐਸ ਆਫਿਸ ਦੇ ਵਿੱਚ ਗੁੱਡ ਪਰਫਾਰਮੈਂਸੀ ਹੋਵੇ ਇੰਟਰਨੈਟ ਯੂਜ਼ ਕਰਨਾ ਆਉਣਾ ਹੋਵੇ ਠੀਕ ਹੈ ਇੱਕ ਸਾਧਾ ਐਕਸਪੀਰੀਅੰਸ ਠੀਕ ਹੈ ਆ ਦੇਖੋ ਜੀ ਇਹਨਾਂ ਸਾਮੀਆਂ ਦੇ ਦਰਸਾਈ ਗਈ ਤਨਖਾਹ ਅਦਾਇਗੀ ਭਾਰਤ ਸਰਕਾਰੀ ਹਦਾਇਤਾਂ ਅਨੁਸਾਰ 6% ਕੱਟ ਜੇਸੀ ਵਜੋਂ ਕੀਤੀ ਜਾਵੇਗੀ ਠੀਕ ਹੈ 18 ਤੋਂ 37 ਸਾਲ ਉਮਰ ਹੈਗੀ ਤੇ ਇਥੋਂ ਇਹਦੀ ਉਮਰ ਕਾਊਂਟ ਕੀਤੀ ਜਾਊਗੀ 1/12/2021 ਤੋਂ ਠੀਕ ਹੈ ਜੀ ਤੇ ਦੂਜੀ ਕੈਟਾਗਰੀ ਨੂੰ ਉਮਰ ਦੀ ਛੋਟ ਹੈ ਤੇ 64 ਸਾਲ ਹੈ ਜਿਹੜੇ ਸੇਵਾ ਮੁਕਤ ਹੈ ਠੀਕ ਹੈ ਸੇਵਾ ਮੁਕਤ ਲਗਭਗ ਗਲਤ ਹੈ ਯਾਰ ਇੱਕ ਤਾਂ ਵਿਚਾਰਾ ਪਹਿਲਾਂ ਤਾਂ ਜੋ ਪਹਿਲਾਂ ਗਰੀ ਬੈਠੇ ਨਵੇਂ ਬੰਦੇ ਨੂੰ ਮੌਕਾ ਕਿਉਂ ਨਹੀਂ ਦਿੰਦੀ ਸਰਕਾਰ ਯਾਰ ਬਹੁਤ ਕਿਹ ਗਲਤੀ ਦਿੱਤੀ ਨਿਰ ਗਵੀ ਠੀਕ ਹੈ ਤੇ ਇੱਕ ਵਾਰੀ ਕੀਤੇ ਗਏ ਵਿਅਕਤੀ ਨੂੰ ਘੱਟੋ ਘੱਟ 2 ਸਾਲਾਂ ਲਈ ਕਿਸੇ ਹੋਰ ਜ਼ਿਲ੍ਹੇ ਵਿੱਚ ਤਬਦੀਲ ਨਹੀਂ ਕੀਤਾ ਜਾਵੇਗਾ ਹਾਂ ਜੇਕਰ ਇੱਕ ਬੰਦਾ ਇੱਕ ਵਾਰੀ ਲੱਗ ਗਿਆ ਠੀਕ ਹੈ ਅਪਲਾਈ ਤੇ ਸਾਰੇ ਪੰਜਾਬ ਵਾਲੇ ਕਰ ਸਕਦੇ ਆ ਪੰਜਾਬ ਤੋਂ ਕੋਈ ਵੀ ਅਪਲਾਈ ਕਰ ਸਕਦਾ ਹੈ ਪਰ ਦੋ ਸਾਲ ਉਹ ਇਸ ਜ਼ਿਲ੍ਹੇ 'ਚ ਰਹਿਣਾ ਪੂਗਾ ਇਸ ਤੋਂ ਬਾਅਦ ਉਹਦੀ ਬਦਲੀ ਹੋਊਗੀ ਹੋਰ ਜ਼ਿਲ੍ਹਿਆਂ ਦੇ ਵਿੱਚ ਠੀਕ ਹੈ ਇਹ ਗੱਲ ਧਿਆਨ ਰੱਖਣੀ ਹੈ ਮੈਂ ਰੱਖਣਾ ਕਿ ਭਰ ਦੋ ਬਈ ਜਿਹੜਾ ਭਰ ਸਕਦਾਗਾ ਠੀਕ ਹੈ ਬਹੁਤ ਵਧੀਆ ਜੌਬ ਹੈਗੀ ਕਿ ਕਈ ਵਾਰ ਪਤਾ ਨਹੀਂ ਹੁੰਦਾ ਠੀਕ ਹੈ ਆਹ ਦੇਖੋ ਜੀ ਬੇਸਿਕ ਕੁਆਲੀਫਿਕੇਸ਼ਨ 70 ਮਾਰਕਸ ਟੂ ਬੀ ਜੈਸਟ ਕੀਪਿੰਗ ਇਨ ਅ ਮਾਰਕਸ ਅਬਟੇਨਡ ਕੈਂਡੀਡੇਟ ਹਾਈ ਕੁਆਲੀਫਿਕੇਸ਼ਨ ਠੀਕ ਹੈ ਇਹਦੇ ਮਾਰਕਸ ਲੱਗਣਗੇ ਹਾਈ ਕੁਆਲੀਫਿਕੇਸ਼ਨ ਦੇ 10 ਮਾਰਕ ਲੱਗਣਗੇ 5 ਮਾਰਕਸ ਡਿਗਰੀ ਦੇ ਕੁਆਲੀਫਿਕੇਸ਼ਨ ਅਪ ਟੂ ਐਡੀਸ਼ਨ ਮਾਰਕਸ ਸੈਕੰਡ ਹਾਈ ਡਿਗਰੀ ਰਿਕੁਆ ਬਰਕਸਪੀਰੀਅੰਸ ਦੇ 10 ਨੰਬਰ ਹੈਗੇ ਠੀਕ ਹੈ ਉਹ ਆਹ ਦੇਖ ਲਓ ਵੀ ਧਿਆਨ ਨਾਲ ਐਕਸਪੀਰੀਅੰਸ ਵਾਲੇ ਬੱਚੇ ਨੂੰ ਪਤਾ ਹੋਊਗਾ ਤੇ 10 ਨੰਬਰ ਇੰਟਰਵਿਊ ਤੇ ਆ ਠੀਕ ਹੈ ਉਹਦੀ ਪਰਸਨੈਲਿਟੀ ਦੇਖੀ ਜਾਊਗੀ ਤਾਂ ਇਹ ਕਿੱਦੀਆਂ ਮਲੇਰ ਕੋਟਲਾ ਨੇ ਠੀਕ ਹੈ ਕਿਨਾਂ ਦਿੱਥੋਂ ਦੀ 1 1/2 ਸਾਲ ਤੱਕ ਇੱਥੇ ਲੋੜੇ ਪੈਣਗੇ ਸੋਨੂੰ ਇਸ ਤੋਂ ਬਾਅਦ ਤੁਸੀਂ ਕਿਸੇ ਵੀ ਜ਼ਿਲ੍ਹੇ 'ਚ ਜਾ ਸਕਦੇ ਹੋ ਆਪਦੇ ਜ਼ਿਲ੍ਹੇ 'ਚ ਵੀ ਜਾ ਸਕਦੇ ਹੋ ਕਿਤੇ ਵੀ ਜਾ ਸਕਦੇ ਹੋ ਜੇ ਕੋਈ ਕੈਂਡੀਡੇਟ ਭਰਨਾ ਚਾਹੁੰਦਾ ਤਾਂ ਇਹ ਫਾਰਮ ਭਰ ਸਕਦਾਗਾ ਠੀਕ ਹੈ ਹਜੇ ਮੇਰੇ ਸਾਹ ਉੱਤੇ ਕੋਈ ਆਹ ਦੇਖ ਲਿਖਿਆ ਪਿਆ ਭਾਰਮਤ 312022 ਤੱਕ ਸ਼ਾਮ ਨੂੰ 5 ਵਜੇ ਤੱਕ ਠੀਕ ਹੈ ਸਬੂਤ ਤਹਿਤ ਸ਼੍ਰੀ ਹਰਮੇਲ ਸਿੰਘ ਸੁਪਰਡੈਂਟ ਦਫ਼ਤਰ ਬਲਾਕ ਵਿਕਾਸ ਬਲੇਰ ਕੋਟਲਾ ਵਿਖੇ ਨਿੱਜੀ ਤੌਰ ਤੇ ਰਜਿਸਟਰਡ ਡਾਕ ਰਾਹੀਂ ਜਮ੍ਹਾਂ ਕਰਵਾਏ ਜਾ ਸਕਦੇ ਜਾਂ ਤੁਸੀਂ ਡਾਕ ਰਾਹੀਂ ਭੇਜ ਸਕਦੇ ਹੋ ਜਾਂ ਤੁਸੀਂ ਆਪ ਜਾ ਕੇ ਕਰਵਾ ਸਕਦੇ ਹੋ ਇਸ ਤੋਂ ਬਾਅਦ ਪ੍ਰਾਪਤ ਹੋਇਆ ਬਿਨੇਕਾਰ ਸਵੀਕਾਰ ਨਹੀਂ ਕੀਤਾ ਜਾਵੇਗਾ ਅਧੂਰੇ ਬਿਨੇਕਾਰ ਰੱਦ ਕੀਤੇ ਜਾਣਗੇ ਠੀਕ ਹੈ 10ਵੀਂ ਜਮਾਤ ਦੇ ਵਿੱਚ ਪਾਸ ਹੋਣਾ ਜਨੂਰੀ ਲਾਜ਼ਮੀ ਹੈ ਤੁਹਾਡੇ ਕੋਲੇ ਠੀਕ ਹੈ ਇਹ ਨਰੋਲੀ ਨਰੋ ठेकेदार ਤੇ ਹੈ ਕਦੇ ਵੀ ਸਮਾਪਤ ਕੀਤੀ ਜਾ ਸਕਦੀ ਹੈ ਠੀਕ ਹੈ ਇਹ ਬਹੁਤ ਗਲਤ ਕਰ ਲੈਂਦੇ ਨੇਗਾ ਖਤਮ ਕੀਤੀ ਜਾ ਸਕਦੀ ਹੈ ਇੱਕ ਬਾਰੀ ਵਿਅਕਤੀ ਘਟੋ ਘਟ ਠੀਕ ਹੈ ਬਾਕੀ ਜਿਹੜੀ ਵੀ ਨੌਲੇਜ ਹੋਵੇ ਇਹ ਤੇ ਵੈਬਸਾਈਟ ਤੇ ਉਪਲਬਧਤ ਕਰਾ ਦਿੱਤੀ ਜਾਊਗੀ ਠੀਕ ਹੈ ਫਾਰਮ ਵੀ ਇੱਥੋਂ ਡਾਊਨਲੋਡ ਹੋ ਸਕਦਾ ਹੈਗਾ ਠੀਕ ਹੈ ਤੁਸੀਂ ਕਰ ਸਕਦੇ ਹੋ ਭਾਈ ਠੀਕ ਹੈ ਧੰਨਵਾਦ